ਮੋਹਾਲੀ ਦੇ ਫੇਸ 3 ਦੇ ਵਿੱਚ ਇੱਕ ਸੀਸੀਟੀਵੀ ਸਾਹਮਣੇ ਆਈ ਹੈ, ਜਿਹਦੇ ਵਿੱਚ ਇੱਕ ਜਿਹੜਾ ਵਿਅਕਤੀ ਹੈ ਉਹ ਬੱਚੇ ਨੂੰ 5 ਸਾਲ ਦੇ ਬੱਚੇ ਨੂੰ ਬੇਰਹਿਮੀ ਦੇ ਨਾਲ ਕੁੱਟ ਰਿਹਾ ਸੀਗਾ। ਇਸੇ ਥਾਂ ਦੀ ਇਹ ਤਸਵੀਰ ਹੈ ਜਿੱਥੇ ਇਹ ਪੂਰਾ ਵਾਕਿਆ ਹੋਇਆ, ਔਰ ਇਹਦੇ ਜਿਹੜੀ ਸੀਸੀਟੀਵੀ ਫੁਟੇਜ ਵੀ ਆਈ ਹੈ ਉਹਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਬੱਚੇ ਦੇ, ਔਰ ਬੱਚੇ ਨੂੰ ਮਾਰ ਕੇ ਸਿਰਫ ਉਹਦੀ ਗਲਤੀ ਇਹੀ ਸੀ ਕਿ ਜਿਹੜੀ ਨਕਲ ਕੀਤੀ ਸੀਗੀ, ਕੁੱਤੇ ਦੀ ਨਕਲ ਕਰ ਰਿਹਾ ਸੀਗਾ, ਜਿਸ ਕਰਕੇ ਕੁਟਾਪਾ ਹੋਇਆ। ਜਿਹੜੇ ਨੇਬਰਸ ਨੇ ਜਿਨ੍ਹਾਂ ਦੀ ਸੀਸੀਟੀਵੀ ਸਾਹਮਣੇ ਆਈ ਹੈ, ਸਰ ਇਹ ਸ਼ਾਮ ਦੀ ਗੱਲ ਹੈ ਜਾਂ ਸਵੇਰ ਦੀ ਗੱਲ ਹੈ, ਹੋਇਆ ਕੀ ਸੀ? ਇਹ ਤਕਰੀਬਨ ਇਹ ਫੁਟੇਜ ਦੀ ਜਿਹੜੀ ਇਹ ਤਕਰੀਬਨ 5:30 ਦੀ ਗੱਲ ਹੈਗੀ ਹੈ। ਮੇਰੇ ਘਰ ਕੰਮ ਲੱਗਾ ਹੋਇਆ ਸੀਗਾ, ਲੇਬਰ ਛੱਡ ਕੇ ਜਾ ਰਹੀ ਸੀ ਕੰਮ ਕਰਕੇ, ਅਤੇ ਉਸ ਤੋਂ ਬਾਅਦ ਮੈਂ ਦੇਖਣਾ ਚਾਹੁੰਦਾ ਸੀ ਕਿ ਲੇਬਰ ਜਿਹੜੀ 4-5 ਬੰਦੇ ਸੀਗੇ ਵੀ ਮੇਰੇ ਘਰੋਂ ਕੋਈ ਸਮਾਨ ਤਾਂ ਨਹੀਂ ਲੈ ਕੇ ਜਾ ਰਹੇ, ਅਤੇ ਮੈਂ ਵੀ ਉਹਨਾਂ ਦੇ ਨਾਲ ਬਾਹਰ ਆ ਗਿਆ ਦੇਖਣ ਵਾਸਤੇ, ਤਾਂ ਅਤੇ ਉਹ ਸਾਰੇ ਨਾ ਇੱਧਰ ਨੂੰ ਮੂੰਹ ਕਰਕੇ ਖੜ੍ਹੇ, ਅਤੇ ਮੈਂ ਰਾਮ ਬ੍ਰਿਜ ਮੇਰਾ ਠੇਕੇਦਾਰ ਹੈ, ਮੈਂ ਉਹਨੂੰ ਪੁੱਛਿਆ, ਕਹਿੰਦੇ ਸਾਹਿਬ ਆ ਦੇਖੋ ਨਾ ਮੁੰਡੇ ਨੂੰ ਕਿੱਦਾਂ ਕੁੱਟਦਾ ਪਿਆ ਵੇ। ਉਹਨੇ ਇਸ਼ਾਰਾ ਕੀਤਾ ਤਾਂ ਮੈਂ ਦੇਖਿਆ, ਅਤੇ ਆਈ ਬਿਕੇਮ ਮੋਰ ਕਿਊਰੀਅਸ। ਤਾਂ ਇੱਕ ਜਰਮਨ ਹੈਗਾ ਵੇ ਫੋਰਨਰ, ਉਹਨੇ ਦੇਖਿਆ ਬੱਚੇ ਨੂੰ ਕੁੱਟਦਾ ਪਿਆ ਵੇ, ਉਹ ਵੀ ਅੱਗੇ ਆਇਆ ਬਚਾਉਣ ਵਾਸਤੇ। ਉਹਨੇ ਪੱਥਰ ਚੁੱਕਿਆ, ਇਹਦੇ ਮੁੰਡੇ ਨੇ, ਤੇ ਪੱਥਰ ਚੁੱਕਿਆ, ਕਿਹਾ ਕਿ ਜੇ ਤੂੰ ਨੇੜੇ ਆਇਆ ਤੇਰੇ ਪੱਥਰ ਮਾਰ ਕੇ ਮੈਂ ਸਿਰ ਪਾੜ ਦੂੰ, ਤੇ ਲੇਕਿਨ ਉਹ ਪਿੱਛੇ ਹੋ ਗਿਆ, ਲੋਕੀ ਆ ਗਏ। ਤਾਂ ਫਿਰ ਰੀਜ਼ਨ ਕੀ ਰਿਹਾ, ਪਤਾ ਲੱਗਿਆ ਕਿਉਂ ਕੁੱਟਿਆ ਸੀਗਾ ਬੱਚੇ ਨੂੰ? ਕੋਈ ਰੀਜ਼ਨ ਨਹੀਂ ਮੈਨੂੰ ਪਤਾ ਕਿਉਂ ਕੁੱਟਿਆ ਵੇ, ਕੀ ਗੱਲ ਹੈਗੀ। ਤੁਹਾਡੀ ਸੀਸੀਟੀਵੀ ਫੁਟੇਜ ਹੈ ਜਿਹੜੀ? ਮੇਰੀ ਸੀਸੀ ਫੁਟੇਜ ਦੇ ਵਿੱਚ ਮੈਂ ਫਿਰ ਆਈ ਬਿਕੇਮ ਕਿਊਰੀਅਸ ਕਿ ਦੇਖਾਂ ਜਾ ਕੇ ਸੀਸੀਟੀਵੀ ਦੇ ਵਿੱਚ, ਤੇ ਬਾਅਦ ਦੇ ਵਿੱਚ ਫਿਰ ਮੈਂ ਸੀਸੀਟੀਵੀ ਦੀ ਫੁਟੇਜ ਬਣਾਈ, ਤੇ ਹੈਲਦੀ ਨੇਬਰਹੁੱਡ ਨੂੰ ਦਿੱਤੀ, ਤੇ ਫਿਰ ਅੱਗੇ ਪ੍ਰੋਗਰੈਸ ਹੋਈ ਸਾਰੀ। ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਮੁੰਡਾ ਇਜ਼ ਏ ਹਾਈ ਬੁਰੀ ਤਰ੍ਹਾਂ ਜਿਹੜਾ ਹੈਗਾ ਕੁੱਟਮਾਰ ਕੀਤੀ ਹੈ, ਤੇ ਇਹ ਜਿਹੜੇ ਹੋਰ ਵੀ ਪੜੋਸੀ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਸਰ, ਜਿੱਦਾਂ ਇਹ ਸਾਰਾ ਵਾਕਿਆ ਹੋਇਆ, ਸੀਸੀਟੀਵੀ ਚ ਕੈਦ ਹੋਇਆ, ਤੁਹਾਡੀ ਇੱਕ ਐਸੋਸੀਏਸ਼ਨ ਹੈ, ਉਹਨਾਂ ਨੇ ਵੀ ਸਾਰੀ ਜਿਹੜੀ ਚੀਜ਼ਾਂ ਲਿਖ ਕੇ ਦਿੱਤੀ ਹੈ, ਕਿਸ ਤਰ੍ਹਾਂ ਵੇਖਦੇ ਹੋ ਅੱਗੇ ਇਸ ਤਰ੍ਹਾਂ ਦੀ ਚੀਜ਼ਾਂ? ਨਹੀਂ ਹੋਣਾ ਚਾਹੀਦਾ ਜੀ, ਅੱਗੇ ਤੋਂ ਇਹ ਐਡਮਿਨਿਸਟ੍ਰੇਸ਼ਨ ਦੀ ਫੇਲਿਅਰ ਹੈ। ਇੱਥੇ ਇਹੋ ਜਿਹਾ ਕੁਝ ਹੁੰਦਾ, ਇੰਨੀ ਦੇਰ ਹੋ ਗਈ FIR ਦਰਜ ਕਰ ਲਿਆ, ਕੁਝ ਹੋਇਆ ਨਹੀਂ, ਇਹ ਹੋਣਾ ਚਾਹੀਦਾ ਜੀ। ਹੋਣਾ ਚਾਹੀਦਾ, ਤੇ ਤੁਸੀਂ ਸਾਰੇ ਨਾਲ ਮਿਲ ਕੇ ਕਿਸੇ ਤਰ੍ਹਾਂ? ਬਿਲਕੁਲ ਨਾਲ ਆ ਜੀ, ਬਿਲਕੁਲ ਨਾਲ। ਠੀਕ ਹੈ, ਤੇ ਬਿਲਕੁਲ ਜਿੱਦਾਂ ਜਿਹੜੇ ਨੇਬਰਸ ਨੇ ਉਹ ਸਾਰੇ ਇਕੱਠੇ ਹੋਏ ਨੇ, ਤੇ ਉਹਨਾਂ ਦਾ ਵੀ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਹੋਣੀ ਚਾਹੀਦੀ ਹੈ, ਕਿਉਂਕਿ ਛੋਟਾ ਜਿਹਾ ਮਾਸੂਮ ਦਾ 5 ਸਾਲ ਦਾ ਬੱਚਾ ਇਸ ਤਰ੍ਹਾਂ ਦੀ ਕੁੱਟਮਾਰ ਕੀਤੀ ਗਈ ਹੈ, ਔਰ ਇਹ ਪੂਰਾ ਸੀਸੀਟੀਵੀ ਲੱਗਿਆ ਹੋਇਆ ਉਸ ਘਰ ਦੇ ਵਿੱਚ, ਉਹਦੀ ਸੀਸੀਟੀਵੀ ਫੁਟੇਜ ਦੀ ਇਹ ਵੀਡੀਓ ਹੈ ਜੇ ਸਾਹਮਣੇ ਆਈ, ਤੇ ਪੁਲਿਸ ਕੋਲ ਮਾਮਲਾ ਪਹੁੰਚਿਆ, ਹਾਲਾਂਕਿ FIR ਦਰਜ ਹੋ ਚੁੱਕੀ ਹੈ, ਔਰ ਉਸ ਤੋਂ ਬਾਅਦ ਹੁਣ ਲਗਾਤਾਰ ਉਹਦੀ ਭਾਲ ਕੀਤੀ ਜਾ ਰਹੀ ਹੈ, ਲੇਕਿਨ ਦੱਸਿਆ ਜਾ ਰਿਹਾ ਕਿ ਉਹ ਭੱਜਿਆ ਹੋਇਆ। ਹਾਲਾਂਕਿ ਹੁਣ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਹੈ ਉਹ ਵੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ।